हेलो जी, सत श्री अकाल सारियां नूं। उम्मीद करदी आं कि तुसी सारे ठीक ठाक होवोंगे, वधिया होवोंगे। मैं परमिंदर कौर चहल कलैक्शन विच तुहाडा सारियां दा स्वागत करदी आं जी। अज आपां लैके आए आं प्लेन बेस दे उपर वीडियो, क्योंकि प्लेन बेस कई भैणां कहिंदियां ने कि सानूं दिखाओ तुहाडे कोल किद्दां दे कलर ने, किद्दां दे बेस ने, तां कि असीं अपने सूट रेडी करवा सकीए। ते उस दे अकॉर्डिंग ही अज मैं प्लेन बेस के उपर वीडियो लैके आई हाँ। तो तुहानू मैं दस ही चुकी सी पिछली वीडियो जो मैं एक सूट दिखाया सीगा कि अपने खुद के इन्हां बेसां के उपर ही मतलब कि रेडी होके आ रहे ने फैब्रिक के उपर, गर्मी वाली कलैक्शन थ्रैड वर्क के उपर बहुत सोहनी कलैक्शन रेडी, क्योंकि प्रिंटड तो आप सेल कर ही रहे हैं नाल दी नाल। हुण आपां यानि कि अपने सूट जिहड़े खुद के डिजाइन होणगे उह आपां रेडी करके तुहाडे मूहरे लैके आवांगे। उन्हां विचों भी जाने के तुहानू हुण रेडी मिलिया करनगे, ये नहीं कि तुसी ऑर्डर ते तां जिहड़ा रेडी करवाउणा तां तुसी करवाई सकदे हो, ते जिहड़ा तुसी उन्हां विचों चकना चाहुंदे हो भी रेडी कीता किराया तां उह भी तुसी हुण बाय कर सकदे हो, ते बहुत ही रीजनेबल प्राइजां दे उपर लैके आऊंगी। ते बाकी कई भैणां दी प्रॉब्लम इह आउंदी आ कि 6 मीटर कपड़ा कईआं नूं चाहीदा हुंदा, कईआं नूं हुंदा कि असीं जिवें मैं खुद आं जी, मैं बॉटम हैवी पाउंनी आ ते हैवी बॉटम लाइक कर दी हाँ, उहदे करके ते थोड़े जे आपां हैवी आ तां करके हुंदा कि 6 मीटर नाल बहुत वधिया खुले डुले शर्ट्स वगैरह सलवार बॉटम वधिया बन जांदी आ। तां तुहानूं उह वी नहीं कोई इदां दी प्रॉब्लम आऊगी, तुहानूं 6 मीटर फैब्रिक भी असीं दे दवांगे, जाने कि जिहड़ियां भैणां नूं 6 मीटर दी लोड़ है, क्योंकि आम कट 5 दी ही आउंदी आ, ते 5 क्योंकि फिर कई ਇਹ ਕੱਟ ਕੱਟ ਦੇ ਨਹੀਂ ਹੈਗੇ, ਪਰ ਆਪਾਂ ਤੁਹਾਨੂੰ 6 ਮੀਟਰ ਦੇ ਵਿੱਚ ਵੀ ਮਤਲਬ ਕਿ ਸੂਟ ਤੇ ਸਟਿਚਿੰਗ ਤੁਹਾਨੂੰ ਮੈਂ ਦੱਸ ਹੀ ਚੁੱਕੀ ਹੁੰਦੀ ਹਾਂ ਹਰ ਵੀਡੀਓ 'ਚ ਹੀ ਕਹਿੰਦੀ ਹਾਂ ਕਿ ਜੇ ਤੁਸੀਂ ਸਾਡੇ ਕੋਲੋਂ ਸਟਿਚ ਕਰਵਾ ਕੇ ਲੈਣਾ ਚਾਹੁੰਦੇ ਹੋ ਤਾਂ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ, ਸਟਿਚਿੰਗ ਵੀ ਅਵੇਲੇਬਲ ਆ, ਅਤੇ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ। ਆਪਣੇ ਕੋਲ ਹੈਂਡ ਵਰਕ ਦੇ ਕਾਰੀਗਰ ਵੀ ਹੈਗੇ ਨੇ, ਥਰੈਡ ਵਰਕ ਦੇ ਕਾਰੀਗਰ ਵੀ ਹੈਗੇ ਨੇ, ਕਿਸੇ ਵੀ ਬੇਸ ਦੇ ਉੱਪਰ ਕਰਵਾਉਣਾ ਕਰਵਾ ਸਕਦੇ ਹੋ ਜੀ। ਲਓ ਅੱਜ ਮੈਂ ਤੁਹਾਨੂੰ ਦਿਖਾਉਂਦੀ ਹਾਂ ਪਲੇਨ ਬੇਸ ਦੇ ਉੱਪਰ ਇੱਕ ਤਾਂ ਸੂਟ ਰੈਡੀ ਹੋ ਕੇ ਆਇਆ ਵਾ, ਤੇ ਉਹ ਮੈਂ ਦਿਖਾ ਰਹੀ ਹਾਂ। ਨਾਲ ਇਹਦੇ ਨਾਲ ਮੈਂ ਤੁਹਾਨੂੰ ਪਲੇਨ ਬੇਸ ਦਿਖਾਉਂਗੀ ਜਿਹੜੇ ਆਪਣੇ ਕੋਲ ਅਵੇਲੇਬਲ ਨੇ, ਜਿਹੜੇ ਕਲਰ ਅਵੇਲੇਬਲ ਨੇ। ਕਿਸੇ ਵੀ ਭੈਣ ਨੇ ਕੋਈ ਵੀ ਡਿਜ਼ਾਈਨ ਕਰਵਾਉਣਾ ਹੋਵੇ ਤੁਸੀਂ ਕਰਵਾ ਸਕਦੇ ਹੋ ਇਹਨਾਂ ਦੇ ਉੱਪਰ, ਕਿਸੇ ਵੀ ਕਲਰ ਦੇ ਉੱਪਰ, ਤੇ ਆਪਣੀ ਕੋਸਟ ਇਹਨਾਂ ਬਾਰੇ ਮੈਨੂੰ ਵਟਸਐਪ ਤੇ ਪੁੱਛ ਸਕਦੇ ਹੋ ਵੀ ਕਿੰਨੀ ਇਹਨਾਂ ਦੀ ਕੋਸਟ ਪਊਗੀ, ਕਿਉਂਕਿ ਇਹਦੇ ਵਿੱਚ ਰੇਟ ਮੈਂ ਤਾਂ ਨਹੀਂ ਦੱਸਦੀ, ਕਿਉਂਕਿ ਇਹ ਨਹੀਂ ਹੁੰਦਾ ਵੀ ਕਿਵੇਂ ਤੁਸੀਂ ਰੈਡੀ ਕਰਵਾਉਣਾ, ਵਿਦ ਦੁਪੱਟਾ ਵਿਦਆਊਟ ਦੁਪੱਟਾ ਕਿਹੜੇ ਫੈਬਰਿਕ ਤੇ। ਇਸ ਲਈ ਵਟਸਐਪ ਉੱਪਰ ਤੁਸੀਂ ਮੈਨੂੰ ਮੈਸੇਜ ਛੱਡ ਸਕਦੇ ਹੋ, ਜਿਹੜੀਆਂ ਭੈਣਾਂ ਕਹਿ ਦਿੰਦੀਆਂ ਸਾਨੂੰ ਲਿਖਣ ਨਹੀਂ ਆਉਂਦਾ, ਤੁਸੀਂ ਬੋਲ ਕੇ ਮੈਸੇਜ ਛੱਡ ਸਕਦੇ ਹੋ, ਤੁਹਾਡਾ ਮੈਂ ਕਲੀਅਰਲੀ ਸਾਰਾ ਆਨਸਰ ਤੁਹਾਨੂੰ ਦਊਂਗੀ। ਤੇ ਫੋਨ ਤੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਪਹਿਲਾਂ ਵੌਇਸ ਮੈਸੇਜ ਛੱਡ ਦਿਓ, ਫਿਰ ਮੈਂ ਤੁਹਾਨੂੰ ਫੋਨ ਤੇ ਵੀ ਤੁਹਾਡੇ ਨਾਲ ਸਾਰੀ ਗੱਲ ਆਪਾਂ ਕਰ ਸਕਦੇ ਹਾਂ। ਲਓ ਜੀ, ਮੈਂ ਤੁਹਾਨੂੰ ਦਿਖਾਉਂਦੀ ਹਾਂ ਅੱਜ ਦਾ ਸੂਟ। ਮੇਰੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਓ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ, ਤੇ ਸ਼ੇਅਰ ਪਲੀਜ਼ ਵੱਧ ਤੋਂ ਵੱਧ ਕਰਿਆ ਕਰੋ ਤਾਂ ਕਿ ਹੋਰ ਭੈਣਾਂ ਦੇ ਵੀ ਫਾਇਦੇ ਹੋ ਸਕਣ। ਬਹੁਤ ਹੀ ਵਧੀਆ ਫੈਬਰਿਕ ਦਵਾਂਗੇ, ਬਹੁਤ ਰੀਜ਼ਨੇਬਲ ਰੇਟ ਦਵਾਂਗੇ। ਇਹ ਸੋਚ ਲਓ ਕਿ ਤੁਸੀਂ ਖੁਦ ਸ਼ਾਪ ਤੇ ਜਾ ਕੇ ਜੇ ਰੈਡੀ ਕਰਵਾਉਣਾ ਹੋਵੇ ਉਹੀ ਰੇਟਾਂ ਦੇ ਵਿੱਚ ਤੁਹਾਨੂੰ ਸੂਟ ਅਸੀਂ ਰੈਡੀ ਕਰਕੇ ਦਵਾਂਗੇ। ਬਹੁਤ ਘੱਟ ਰੇਟ ਨੇ ਵਰਕਸ ਦੇ, ਤੇ ਜੇ ਤੁਸੀਂ ਆਪਣੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ। ਇਹ ਵਰਕ ਹੋ ਕੇ ਆਇਆ, ਪਲੀਜ਼ ਇਗਨੋਰ ਕਰਿਓ ਇਹਨੂੰ, ਹਜੇ ਪ੍ਰੈਸ ਵਗੈਰਾ ਫਿਨਿਸ਼ਿੰਗ ਵਗੈਰਾ ਸੂਟ ਨਹੀਂ ਹੋਈ ਹੈਗੀ, ਸੋ ਉਸੇ ਤਰ੍ਹਾਂ ਥੋੜੇ ਜਿਹੇ ਬਲ ਨੇ, ਇਸ ਲਈ ਥੋੜਾ ਜਿਹਾ ਇਗਨੋਰ ਕਰਦੇ ਹੋ ਇਹ ਚੀਜ਼ ਨੂੰ। ਆਹ ਦੇਖੋ, ਇਹਨਾਂ ਨੇ ਸਾਨੂੰ ਆਹ ਦੁਪੱਟਾ ਦਿੱਤਾ ਸੀ, ਇਹ ਕਿਉਂਕਿ ਇਹ ਨੇੜੇ ਤੋਂ ਹੀ ਨੇ ਤਾਂ ਕਰਕੇ ਆਹ ਦੁਪੱਟਾ ਸਾਡੇ ਕੋਲ ਉਹਨਾਂ ਨੇ ਦਿੱਤਾ ਸੀ ਕਿ ਇਹਦੇ ਨਾਲ ਇਹ ਸੂਟ, ਪਰ ਉਹਨਾਂ ਨੂੰ ਗਰਮੀ ਵੀਅਰ ਸੂਟ ਚਾਹੀਦਾ ਸੀ, ਇਸ ਲਈ ਅਸੀਂ ਇਹਦੀ ਜਿਹੜੀ ਆ ਗੋਲਡਨ ਹੈਗੀ ਆ ਇਹਦੇ ਬੇ ਇਹ ਚੱਕ ਕੇ ਉਸ ਦੇ ਨਾਲ ਕਲਰ ਨੂੰ ਮੈਚਿੰਗ ਕਰ ਲਿਆ। ਇਹ ਗਰਮੀ ਵਾਲਾ ਸਟੱਫ ਆ, ਬਹੁਤ ਵਧੀਆ ਸਟੱਫ ਆ, ਜਿਵੇਂ ਮਲਵਰੀ ਕਾਟਨ ਆ ਉਹਨੂੰ ਸੇਮ ਸਟੱਫ ਇਹ ਮਿਲੂਗਾ ਤੁਹਾਨੂੰ, ਤੇ ਇਹ ਦੋਨੇ ਮੌਸਮਾਂ ਵਿੱਚ ਪੈਣ ਵਾਲਾ, ਚਾਹੇ ਤੁਸੀਂ ਗਰਮੀ 'ਚ ਪਾਓ ਚਾਹੇ ਪਾਓ ਸਰਦੀ ਦੇ ਵਿੱਚ, ਬਹੁਤ ਵਧੀਆ, ਇੰਨੀ ਸੌਫਟ ਫੀਲਿੰਗ ਆ, ਬਿਲਕੁਲ ਹੀ ਰੂੰ ਵਰਗਾ ਸਟੱਫ ਤੁਹਾਨੂੰ ਇਹ ਮਿਲੂਗਾ ਇਹ ਵਾਲੀ ਕਾਟਨ ਦਾ। ਤੇ ਸੇਮ ਆਹ ਵਾਲੀ ਉਹਨਾਂ ਨੇ ਬੂਟੀ ਪਵਾਈ ਆ ਜਿਹੜੀ ਉਹਨਾਂ ਦੇ ਦੁਪੱਟੇ ਦੇ ਵਿੱਚ ਆ, ਦੇਖੋ ਸੇਮ ਬੂਟੀਆਂ ਉਸੇ ਤਰ੍ਹਾਂ ਅਸੀਂ ਉਹਨਾਂ ਦੇ ਫਰੰਟ ਦੇ ਵਿੱਚ ਪਾਤੀਆਂ, ਤੇ ਵਿੱਚ ਥੋੜਾ ਥੋੜਾ ਸਾਰਾ ਥਰੈਡ ਦਾ ਕੰਮ ਹੋਇਆ ਤੇ ਨਾਲ ਗੋਲਡਨ ਟੱਚ ਜਿਹਾ ਦੇਤਾ ਜਿਸ ਤਰ੍ਹਾਂ ਦਾ ਦੁਪੱਟਾ ਸੀਗਾ। ਬਹੁਤ ਸੋਹਣਾ ਪੀਸ ਇਹ ਰੈਡੀ ਹੋਇਆ, ਇਹ 6 ਮੀਟਰ ਕੱਪੜਾ ਉਹਨਾਂ ਨੇ ਉਹਨਾਂ ਲਈ ਲਿਆ ਸੀ, ਤੇ ਨਾਲ ਇਸ ਤਰ੍ਹਾਂ ਨੀਚੇ ਕੱਟ ਵਰਕ ਕੱਢਤਾ ਤੇ ਨਾਲ ਹੀ ਇੱਧਰ ਬਾਹਾਂ ਦੇ ਉੱਪਰ ਕੰਮ ਆ ਗਿਆ।
ਇਹ ਜਿਵੇਂ ਫੁਲਕਾਰੀ ਦੇ ਡਿਜ਼ਾਈਨ ਹੁੰਦੇ ਆ ਉਸ ਤਰ੍ਹਾਂ ਦੀ ਇਹ ਬੂਟੀ ਆ। ਬਹੁਤ ਸੋਹਣਾ ਇਹਦਾ ਟ੍ਰੈਂਡ ਵੀ ਚੱਲ ਰਿਹਾ ਇਹ ਵਾਲੀ ਵਰਕ ਦਾ, ਬਹੁਤ ਸੋਹਣੀ ਜਾਣੀ ਕਿ ਇਹ ਵਰਕ ਉੱਠ ਕੇ ਆ ਰਿਹਾ। ਤੇ ਇਹ ਉਹਨਾਂ ਨੇ ਸਿੰਪਲ ਸੋਬਰ ਸੂਟ ਐਂ ਰੈਡੀ ਕਰਵਾਇਆ ਵਾ, ਕਿਉਂਕਿ ਉਹਨਾਂ ਦਾ ਦੁਪੱਟਾ ਕਾਫੀ ਹੈਵੀ, ਤੁਸੀਂ ਦੇਖ ਹੀ ਸਕਦੇ ਹੋ ਕਿ ਹੈਵੀ ਆ। ਤੇ ਇਹਨੂੰ ਜਿਹੜੇ ਮਰਜ਼ੀ ਮੌਸਮ 'ਚ ਜਦੋਂ ਇਹ ਰੈਡੀ ਹੋਇਆ, ਪਾਈਪਿੰਗਸ ਵਗੈਰਾ ਲੱਗ ਕੇ ਜਿਵੇਂ ਮਰਜ਼ੀ ਤੁਸੀਂ ਇਹਨੂੰ ਪਾ ਸਕਦੇ ਹੋ ਤੇ ਹੰਢਾ ਸਕਦੇ ਹੋ। ਇਹ ਤਾਂ ਹੈਗਾ ਜਿਹੜਾ ਸੂਟ ਆਪਾਂ ਰੈਡੀ ਕੀਤਾ ਵਾ, ਠੀਕ ਹੈ ਜੀ। ਇਹ ਹੈਗੀ ਆ ਮਲਬਰੀ ਕਾਟਨ, ਬਹੁਤ ਵਧੀਆ, ਬਹੁਤ ਹੀ ਸੌਫਟ ਸਟੱਫ ਆ ਇਹਦਾ। ਤੇ ਹੁਣ ਮੈਂ ਤੁਹਾਨੂੰ ਜਾਮ ਦੇ ਬੇਸ ਦਿਖਾ ਦਿੰਨੀ ਆ। ਕਈ ਤਰ੍ਹਾਂ ਦੇ ਬੇਸ ਨੇ, ਦੇਖੋ ਆਹ ਵਾਲਾ ਬੇਸ ਆ, ਇਹ ਦੇਖਣ ਨੂੰ ਤੁਹਾਨੂੰ ਪਲੇਨ ਲੱਗਦਾ ਹੋ, ਪਰ ਇਹਦੇ ਵਿੱਚ ਨਿੱਕੀ ਨਿੱਕੀ ਇੱਕ ਬਿੰਦੀ ਜੀ ਵਾਂਗੂ ਪ੍ਰਿੰਟ ਆ, ਬਹੁਤ ਸੋਹਣਾ, ਕਿਉਂਕਿ ਅੱਜ ਕੱਲ ਜਿਹੜੇ ਇਹ ਸੈਲਫ ਪ੍ਰਿੰਟ ਆ ਰਹੇ ਨੇ ਇਹਨਾਂ ਦੇ ਬਹੁਤ ਜ਼ਿਆਦਾ ਸੂਟ ਰੈਡੀ ਹੋ ਰਹੇ ਨੇ। ਦੇਖੋ ਇਹ ਲਾਈਟ ਜਿਹਾ ਲੈਮਨ ਸ਼ੇਡ ਆ, ਇਹਦੇ ਸੇਮ ਦੇ ਵਿੱਚ ਤੁਹਾਨੂੰ ਮਿਲ ਜੂਗਾ, ਦੇਖੋ ਪੀਚ ਸ਼ੇਡ ਮਿਲ ਜੂਗਾ, ਪਿੰਕ ਸ਼ੇਡ ਮਿਲ ਜੂਗਾ ਜੀ ਇਹਦੇ ਵਿੱਚ, ਤੇ ਲਾਈਟ ਫਰੋਜ਼ੀ ਸ਼ੇਡ ਮਿਲ ਜੂਗਾ। ਇਹ ਸ਼ੇਡ ਹੈਗੇ ਨੇ ਇਹਦੇ ਵਿੱਚ, ਜਿਹੜਾ ਪ੍ਰਿੰਟ ਇਹਦੇ ਵਿੱਚ ਨਿੱਕੀ ਨਿੱਕੀ ਬਿੰਦੀ ਆ ਰਹੀ ਆ, ਤੁਸੀਂ ਬਸ ਆਪਣਾ ਸ਼ੇਡ ਦੇਖ ਸਕਦੇ ਹੋ। ਪ੍ਰਿੰਟ ਬਹੁਤ ਸੋਹਣੇ ਆ, ਕਲਰਾਂ ਨੂੰ ਕੋਈ ਉਹ ਨਹੀਂ ਹੈਗਾ, ਜਿੰਨਾ ਮਰਜ਼ੀ ਸਟੱਫ ਨੂੰ ਪਾਇਓ ਹੰਢਾਇਓ। ਸੈਕਿੰਡ ਇਹ ਗਰਮੀਆਂ ਦੇ ਸਭ ਤੋਂ ਬੈਸਟ ਕਲੈਕਸ਼ਨ ਆ, ਇਹਦੇ ਵਿੱਚ ਲਾਈਨਿੰਗ ਲਾਉਣ ਦੀ ਕੋਈ ਲੋੜ ਨਹੀਂ ਹੈਗੀ, ਚਾਹੇ ਤੁਸੀਂ ਵਿਦਆਊਟ ਲਾਈਨਿੰਗ ਹੀ ਬਣਾ ਸਕਦੇ ਹੋ ਉਹਦੇ ਨਾਲ, ਨਾਲੇ ਤਾਂ ਗਰਮੀਆਂ ਦੇ ਵਿੱਚ ਪਾਉਣੇ ਸੌਖੇ ਨੇ। ਪਿਓਰ ਜਾਣੀ ਕਿ ਇਹ ਹੈਗੀ ਆ, ਇਹ ਪਿਓਰ ਕਾਟਨ, ਪਿਓਰ ਜਾਮ ਕਾਟਨ ਦਾ ਸਾਰਾ ਇਹ ਫੀਲਿੰਗ ਆ, ਬਹੁਤ ਵਧੀਆ ਠੋਸ ਸਾਰਾ ਕੱਪੜਾ ਵਾ, ਤੇ ਕਲਰ ਚਾਰਟ ਵੀ ਬਹੁਤ ਸੋਹਣੇ ਆ। ਲਓ ਜੀ ਅਗਲੇ ਦੇ ਵਿੱਚ ਦੇਖ ਲਓ ਤੁਸੀਂ, ਸੀ ਗ੍ਰੀਨ ਜਿਹਾ ਕਲਰ ਮਿਲ ਜੂ, ਸੀ ਗ੍ਰੀਨ ਕਲਰ ਆ ਇਹ, ਪਿਸਤਾ ਗ੍ਰੀਨ ਜਿਹਾ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ। ਪੀਚ ਸ਼ੇਡ ਮਿਲ ਜੂਗਾ, ਆ ਲਓ ਜੀ ਲਾਈਟ ਜਿਹਾ ਪਰਪਲ ਲਵੈਂਡਰ ਸ਼ੇਡ ਮਿਲ ਜੂਗਾ, ਲਾਈਟ ਫਰੋਜ਼ੀ ਸ਼ੇਡ ਮਿਲ ਜੂਗਾ। ਬਹੁਤ ਸੋਹਣੇ ਸ਼ੇਡ ਨੇ, ਬਹੁਤ ਸੋਹਣੇ ਕਲਰ ਚਾਰਟ ਨੇ, ਜਿਹੜਾ ਮਰਜ਼ੀ ਕਲਰ ਤੁਸੀਂ ਚੱਕ ਸਕਦੇ ਹੋ। ਲਓ ਡਾਰਕ ਪਰਪਲ ਸ਼ੇਡ ਵੀ ਮਿਲ ਜੂਗਾ ਇਹਦੇ ਵਿੱਚ, ਜਿਹੜਾ ਆਪਾਂ ਇੱਕ ਸੂਟ ਮੈਂ ਸੈਟਰਡੇ ਨੂੰ ਵੀਡੀਓ ਪਾਈ ਸੀਗੀ, ਇਸੇ ਸੇਮ ਕਲਰ ਦੇ, ਸ਼ਾਇਦ ਨਹੀਂ ਉਹ ਗ੍ਰੀਨ ਕਲਰ ਸੀ, ਉਹ ਵਾਲਾ ਸੇਮ ਆ ਇਹੀ ਬੇਸ ਦੇ ਉੱਪਰ ਰੈਡੀ ਹੋਇਆ, ਬਹੁਤ ਸੋਹਣਾ ਕਲਰ ਸੀ, ਬਹੁਤ ਸੋਹਣਾ ਜਾਣੀ ਕਿ ਬੇਸ ਆ ਇਹ। ਆ ਲਓ ਇਹ ਥੋੜਾ ਜਿਹਾ ਚੌੜੀ ਇਹਦੇ ਵਿੱਚ ਡੱਬੀ ਬਣੀ ਹੋਈ ਆ, ਦੇਖੋ ਤੁਹਾਨੂੰ ਨੇੜੇ ਤੋਂ ਦਿਖੂਗਾ ਇਸ ਤਰ੍ਹਾਂ। ਇਹ 'ਚ ਸੈਲਫ ਪ੍ਰਿੰਟ ਆ, ਇਹ ਵੀ ਬਹੁਤ ਸੋਹਣਾ ਵਾ, ਬਹੁਤ ਸੋਹਣਾ ਬੇਸ ਆ, ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਜੀ। ਗਾਜਰੀ ਸ਼ੇਡ ਮਿਲ ਜੂਗਾ, ਪੀਚ ਸ਼ੇਡ ਮਿਲ ਜੂਗਾ, ਪਰਪਲ ਸ਼ੇਡ ਮਿਲ ਜੂਗਾ, ਸੀ ਗ੍ਰੀਨ ਜਿਹਾ ਕਲਰ ਮਿਲ ਜੂਗਾ। ਬਹੁਤ ਸੋਹਣੇ ਕਲਰ ਨੇ, ਬਹੁਤ ਸੋਹਣੇ ਕਲਰ ਚਾਰਟ ਨੇ, ਜਿਹੜਾ ਮਰਜ਼ੀ ਤੁਸੀਂ ਲੈ ਸਕਦੇ ਹੋ। ਆ ਲਓ ਇਹ ਵੀ ਨਿੱਕੀ ਨਿੱਕੀ ਬਿੰਦੀ ਦਾ ਪ੍ਰਿੰਟ ਆ, ਬਿੰਦੀ ਜਾਣੀ ਕਿ ਨੇੜਿਓਂ ਵੀ ਸ਼ਾਇਦ ਹੀ ਦਿਖੇ, ਬਹੁਤ ਸੋਹਣਾ ਜਾਣੀ ਕਿ ਬਹੁਤ ਹੀ ਮਤਲਬ ਕਿ ਇੱਕ ਸੈਲਫ ਪ੍ਰਿੰਟਿੰਗ ਹੈ, ਇਹਦੇ ਵਿੱਚ ਕੋਈ ਲੈਦਾ ਤੋਂ ਉੱਤੇ ਬਿੰਦੀ ਨਹੀਂ ਦਿੱਤੀ ਹੋਈ, ਸੈਲਫ ਪ੍ਰਿੰਟ ਨੇ ਇਹ ਸੂਟ। ਆ ਲਓ ਜੀ ਇਹ ਵਾਲਾ ਕਲਰ ਹੈਗਾ ਇਹਦੇ ਵਿੱਚ, ਇੱਕ ਫਰੋਜ਼ੀ ਕਲਰ ਹੈਗਾ, ਆਹ ਵਾਲਾ ਚੈੱਕ ਵਾਲੇ ਦੇ ਵਿੱਚ ਹੈਗਾ ਲਵੈਂਡਰ ਸ਼ੇਡ। ਆ ਲਓ ਚੈੱਕ ਵਾਲੇ ਦੇ ਵਿੱਚ ਆਪਣੇ ਕੋਲੇ ਆਹ ਵਾਲਾ ਕਲਰ ਵੀ ਹੈਗਾ, ਇਹ ਵੀ ਬਹੁਤ ਜ਼ਿਆਦਾ ਹੁਣ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਆਹ ਵਾਲਾ ਕਲਰ। ਜਿਹੜੇ ਮਰਜ਼ੀ ਕਲਰ ਦੇ ਉੱਪਰ ਤੁਸੀਂ, ਇਹ ਮੈਂ ਤੁਹਾਨੂੰ ਸਾਰੇ ਕਲਰ ਤਾਂ ਹੀ ਦਿਖਾ ਰਹੀ ਹਾਂ ਵੀ ਤੁਸੀਂ ਦੇਖ ਸਕੋ ਤੇ ਆਪਣਾ ਆਰਡਰ ਦੇ ਸਕੋ। ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਆ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਜੇ ਸਾਡੇ ਤੋਂ ਰੈਡੀ ਕਰਵਾਉਣਾ ਤਾਂ ਸਾਡੇ ਤੋਂ ਵੀ ਰੈਡੀ ਕਰਵਾ ਕੇ ਲੈ ਸਕਦੇ ਹੋ ਜੀ। ਆ ਲਓ ਜੀ ਇਹ ਥੋੜੇ ਜਿਹੇ ਟ੍ਰੈਂਗਲ ਵਾਂਗੂ ਇਹ ਤੇ ਸੈਲਫ ਪ੍ਰਿੰਟਿੰਗ ਆ, ਇਹਦੇ ਵਿੱਚ ਦੋ ਹੀ ਕਲਰ ਆਏ ਨੇ ਆਪਣੇ ਕੋਲੇ, ਲਾਈਟ ਫਰੋਜ਼ੀ ਤੇ ਲਾਈਟ ਸੀ ਗ੍ਰੀਨ ਜਿਹਾ ਕਲਰ ਆ, ਦੋਨੇ ਕਲਰ ਬਹੁਤ ਸੋਹਣੇ ਨੇ, ਬਿਲਕੁਲ ਗਰਮੀ ਵਾਲੇ ਕਲਰ ਚਾਰਟ ਆਏ ਨੇ। ਇੱਕ ਹੈਗੀ ਬਲੈਕਬੇਰੀ ਦੀ ਜਾਮ, ਜਾਮ ਮੇਰੇ ਕੋਲ ਬਹੁਤ ਕਲਰਾਂ ਦੇ ਵਿੱਚ, ਘੱਟੋ ਜਿਹੜਾ ਮਰਜ਼ੀ ਕਲਰ ਇਹਦੇ ਵਿੱਚ ਲੈ ਲਿਓ, ਹਰ ਕਲਰ ਤੁਹਾਨੂੰ ਮਿਲੂਗਾ ਇਹਦੇ ਵਿੱਚ। ਮੈਂ ਇੱਕੋ ਹੀ ਪੀਸ ਦਿਖਾ ਰਹੀ ਹਾਂ,
ਸਭ ਤੋਂ ਬੈਸਟ ਕੁਆਲਿਟੀ ਦੀ ਜਾਮ ਹੁੰਦੀ ਆ ਇਹ ਬਲੈਕਬੇਰੀ ਦੀ ਜਾਮ ਆ ਕੁਛ ਨਹੀਂ ਹੁੰਦਾ ਇਹਨੂੰ ਬਹੁਤ ਵਧੀਆ ਗਰਮੀਆਂ ਦਾ ਬੈਸਟ ਫੈਬਰਿਕ ਆ ਇਹ ਤੋਂ ਉੱਪਰ ਕੋਈ ਜਾਮ ਨਹੀਂ ਬਹੁਤ ਸੋਹਣੀ ਸੂਟ ਇਹਦੇ ਤੇ ਵੀ ਰੈਡੀ ਹੈ ਇਹਦੇ ਉੱਤੇ ਵਰਕ ਹੋ ਕੇ ਆਊਗਾ ਤੁਹਾਨੂੰ ਮੈਂ ਦਿਖਾਉਂਗੀ ਬਹੁਤ ਸੋਹਣੇ ਪੀਸ ਇਹ ਰੈਡੀ ਹੁੰਦੇ ਆ ਤੇ ਗਰਮੀਆਂ ਦੀ ਸਭ ਤੋਂ ਬੈਸਟ ਕਲੈਕਸ਼ਨ ਆ ਇਹ ਜਿਹੜੀਆਂ ਭੈਣਾਂ ਵਰਕਸ ਲਾਈਕ ਕਰਦੀਆਂ ਨੇ ਵਰਕ ਵਾਲੇ ਸੂਟ ਲਾਈਕ ਕਰਦੀਆਂ ਨੇ ਤੁਸੀਂ ਬੇਫਿਕਰ ਹੋ ਕੇ ਆਪਣੇ ਸੂਟ ਜਿਵੇਂ ਹੁਣ ਗਰਮੀਆਂ ਦੀ ਕਲੈਕਸ਼ਨ ਆ ਉੱਤੇ ਜ਼ਿਆਦਾ ਜ਼ਰੀ ਵਗੈਰਾ ਜਾਂ ਆਰੀ ਵਗੈਰਾ ਦਾ ਨਹੀਂ ਉਹ ਆਪਾਂ ਤੋਂ ਪੈਂਦੇ ਜ਼ਿਆਦਾ ਗਰਮੀ ਦੇ ਵਿੱਚ ਇਹਨਾਂ ਉੱਤੇ ਸਿੰਪਲ ਸੋਬਰ ਡਿਜ਼ਾਈਨ ਕਰਵਾ ਕੇ ਆਪਣੇ ਤੁਸੀਂ ਵੀਅਰ ਕਰ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹ ਰੈਡੀ ਹੁੰਦੇ ਨੇ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਸਾਰੀ ਕਲੈਕਸ਼ਨ ਯਾਨੀ ਕਿ ਨਿਊ ਆਏ ਨੇ ਸਾਰੇ ਡਿਜ਼ਾਈਨ ਸਾਰੀ ਪ੍ਰਿੰਟਿੰਗ ਸਾਰਾ ਫੈਬਰਿਕ ਇਹ ਨਿਊ ਆਪਣੇ ਕੋਲ ਆ ਚੁੱਕਿਆ ਪਲੇਨ ਦੇ ਉੱਪਰ ਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਆਰਡਰ ਦੇਣਾ ਬੇਫਿਕਰ ਹੋ ਕੇ ਆਪਣੇ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਤੇ ਆਪਣਾ ਸੂਟ ਰੈਡੀ ਕਰਵਾ ਕੇ ਲੈ ਸਕਦੇ ਹੋ ਵਿਦ ਦੁਪੱਟਾ ਵਿਦਆਊਟ ਦੁਪੱਟਾ ਜਿਵੇਂ ਵੀ ਤੁਹਾਨੂੰ ਸਹੀ ਲੱਗਦਾ ਤੁਸੀਂ ਕਰਵਾ ਸਕਦੇ ਹੋ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ